ਸਾਊਦੀ ਅਰਬ ਗਏ ਜੀ, ਮਹੀਨਾ ਪਹਿਲਾਂ ਗਏ ਨੇ, ਅਤੇ ਹੁਣ ਹਾਰਟ ਅਟੈਕ ਨਾਲ ਉਹਨਾਂ ਦੀ ਜੋ ਡੈਥ ਹੋ ਚੁੱਕੀ ਆ, ਅਤੇ ਬੋਡੀ ਵਾਸਤੇ ਉਹ 5-6 ਲੱਖ ਰੁਪਇਆ ਖਰਚਾ ਮੰਗ ਰਿਹਾ ਸਾਥੋਂ, ਅਤੇ ਸਾਡੇ ਸਰ 7-8 ਲੱਖ ਦਾ ਪਹਿਲਾਂ ਹੀ ਕਰਜ਼ਾ, ਅਤੇ ਅਸੀਂ ਅਪੀਲ ਕਰਦੇ ਹਾਂ ਕਿ ਮੇਰੇ ਪਿਤਾ ਜੀ ਦੀ ਬੋਡੀ ਜੋ ਵਾਪਸ ਲਿਆਤੀ ਜਾਵੇ। ਅਤੇ ਹੁਣ ਵੀ ਸਾਡੇ ਕੋਲ ਨਾ ਤਾਂ ਆਮਦਨ, ਨਾ ਸਾਡੇ ਕੋਲ ਕੋਈ ਪੈਲੀ ਆ, ਨਾ ਕੋਈ ਹੋਰ ਕੋਈ ਕਮਾਊ ਆ ਬੱਚਾ ਪੂਰਾ ਜਿੰਨਾ ਵੇਖ ਲਓ। ਪਹਿਲਾਂ 8-7 ਲੱਖ ਦਾ ਕਰਜ਼ਾ ਪਹਿਲਾਂ ਸਹਿ ਲਿਆ ਜੀ, ਜਿਹੜੀ ਆਹ ਮਾਰ ਵੱਜ ਗਈ ਜੀ, ਇੱਕ ਤਾਂ ਘਰੋਂ ਜੀ ਚਲਿਆ ਜਾਣਾ ਕਮਾਉਣ ਵਾਲਾ, ਅਤੇ ਦੂਸਰਾ ਉਹਨੂੰ ਖਰਚਾ ਕਿੱਥੋਂ ਭਰਨਗੇ ਜੀ ਪਰਿਵਾਰ ਵਾਲੇ। ਪਹਿਲਾਂ ਵੀ ਫਾਦਰ ਸਾਹਿਬ ਮੇਰੇ 2 ਸਾਲ ਪਹਿਲਾਂ ਗਏ ਸੀ, ਪਰ ਉਹਨਾਂ ਨੇ ਠੱਗੀ ਵੱਜ ਗਈ ਉੱਥੇ। ਪਹਿਲਾਂ 1 ਲੱਖ ਰੁਪਇਆ ਲਿੱਤਾ ਜਾਂਦਾ, ਫਿਰ ਜਦੋਂ ਉੱਥੇ ਪਹੁੰਚ ਜਾਂਦੇ ਆ ਅਤੇ ਉੱਥੇ ਉਹਨਾਂ ਨੂੰ ਮਤਲਬ ਕੰਮ ਨਹੀਂ ਦਿੱਤਾ ਜਾਂਦਾ, ਅਤੇ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ ਕੰਮ ਨਹੀਂ ਕਰਦੇ, ਅਤੇ 2-3 ਲੱਖ ਰੁਪਏ ਦੀ ਉੱਥੋਂ ਠੱਗੀ ਵੱਜਦੀ ਹੈ। ਉਮਰ 40-45 ਕੁ ਸਾਲ ਦੀ ਸੀ। ਇਸ ਉਮਰ ਦੇ ਵਿੱਚ ਉਹਨੂੰ ਬਾਹਰ ਜਾਣਾ ਪਿਆ ਸਾਰਾ ਪਰਿਵਾਰ ਦੇ ਘਰ? ਹਾਂਜੀ ਹਾਂਜੀ ਹਾਂਜੀ, ਘਰ ਦੇ ਹਾਲਾਤ ਹੀ ਇੱਦਾਂ ਦੇ ਸੀਗੇ ਜੀ ਕਿ ਉਹਨਾਂ ਨੂੰ ਮਜਬੂਰ ਵਿੱਚ ਜਾਣਾ ਪਿਆ ਜੀ। ਕਰਜ਼ਾ ਲੈ ਜੂ, ਚੱਲ ਚੰਗਾ ਵਧੀਆ ਕੰਮ ਮਿਲ ਗਿਆ ਸੀ, ਗੱਡੀ ਮਿਲ ਗਈ ਸੀਗੀ, ਅਤੇ ਗੱਡੀ 'ਤੇ ਚੱਲਿਆ ਸੀ, ਅੱਜ ਸਾਰਾ ਮਹੀਨਾ ਹੀ ਹੋਇਆ। ਲੋਕਵਾਚ ਟੀਵੀ ਨਾਲ ਜੁੜਨ ਤੁਸੀਂ, ਮੈਂ ਮੁਮਤਾਜ, ਅਸੀਂ ਇਸ ਵਕਤ ਪਿੰਡ ਰੋੜੀਕਪੁਰਾ ਵਿਖੇ ਖੜ੍ਹੇ ਹਾਂ, ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਆ। ਇੱਥੋਂ ਦੇ ਇੱਕ ਵਿਅਕਤੀ ਜੋ ਕਿ 1 ਮਹੀਨਾ ਪਹਿਲਾਂ ਸਾਊਦੀ ਅਰਬ ਜਾਂਦੇ ਆ, ਉੱਥੇ ਉਹਨਾਂ ਦੀ ਅਟੈਕ ਦੇ ਕਾਰਨ ਮੌਤ ਹੋ ਜਾਂਦੀ ਹੈ। ਹੁਣ ਜਿਹੜਾ ਪਰਿਵਾਰ ਦੇ ਜੀ ਹੈ, ਉਹਨਾਂ ਦੀ ਜਿਹੜੀ ਬੋਡੀ ਲਿਆਉਣ ਦੇ ਲਈ ਖਰਚਾ ਕਾਫੀ ਆਊਗਾ। ਪਰਿਵਾਰ ਪਹਿਲਾਂ ਤੋਂ ਕਰਜ਼ਾਈ ਹੈ, 6 ਕਨਾਲਾ ਜ਼ਮੀਨ ਆ, 2-3 ਵਾਰ ਪਹਿਲਾਂ ਪਰਿਵਾਰ ਨਾਲ ਠੱਗੀ ਹੋਈ ਆ, ਤਾਂ ਬੇਨਤੀ ਅਸੀਂ ਪਹਿਲਾਂ ਹੀ ਕਰ ਦਿੰਦੇ ਹਾਂ ਕਿ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਗੱਲਬਾਤ ਕਰਦੇ ਹਾਂ, ਪਰਿਵਾਰ ਸਾਡੇ ਨਾਲ ਮੌਜੂਦ ਹੈ, ਉਹਨਾਂ ਦੇ ਬੇਟੇ ਨੇ, ਉਹਨਾਂ ਦੀ ਮਾਤਾ, ਉਹਨਾਂ ਦੀ ਪਤਨੀ। ਕਦੋਂ ਜਾਂਦੇ ਆ ਜੀ ਬਾਹਰ ਪਹਿਲਾਂ ਤਾਂ? ਮਹੀਨਾ ਕਿੰਨੀ ਮਹੀਨਾ ਹੋ ਗਿਆ ਬਈ ਗਈ ਆ? ਹਾਂ ਬਈ, ਕਿਹੜੇ ਦੇਸ਼ ਗਏ ਆ, ਕਦੋਂ ਗਏ ਜੀ? ਸਾਊਦੀ ਅਰਬ ਗਏ ਜੀ, ਮਹੀਨਾ ਪਹਿਲਾਂ ਗਏ ਨੇ। ਹਾਂਜੀ, ਅਤੇ ਹੁਣ ਹਾਰਟ ਅਟੈਕ ਨਾਲ ਉਹਨਾਂ ਦੀ ਜੋ ਡੈਥ ਹੋ ਚੁੱਕੀ ਆ, ਅਤੇ ਬੋਡੀ ਦੀ ਅਪੀਲ ਕੀਤੀ ਸੀ, ਅਤੇ ਬੋਡੀ ਵਾਸਤੇ ਉਹ 5-6 ਲੱਖ ਰੁਪਇਆ ਖਰਚਾ ਮੰਗ ਰਿਹਾ ਸਾਥੋਂ, ਅਤੇ ਅਸੀਂ ਪਹਿਲਾਂ ਵੀ ਫਾਦਰ ਸਾਹਿਬ ਮੇਰੇ 2 ਸਾਲ ਪਹਿਲਾਂ ਗਏ ਸੀ, ਪਰ ਉਹਨਾਂ ਨੇ ਠੱਗੀ ਵੱਜ ਗਈ ਉੱਥੇ, ਅਤੇ ਸਾਡੇ ਸਰ 7-8 ਲੱਖ ਦਾ ਪਹਿਲਾਂ ਹੀ ਕਰਜ਼ਾ, ਅਤੇ ਅਸੀਂ ਅਪੀਲ ਕਰਦੇ ਹਾਂ ਕਿ ਮੇਰੇ ਪਿਤਾ ਜੀ ਦੀ ਬੋਡੀ ਜੋ ਵਾਪਸ ਲਿਆਤੀ ਜਾਵੇ। ਪਹਿਲਾਂ ਭਾਅ ਜੀ 2 ਵਾਰ ਜਿਹੜੀ ਠੱਗੀ ਹੁੰਦੀ ਆ, ਉਹ ਕੌਣ ਕਿਵੇਂ ਕਰਦਾ ਜੀ? ਉਹ ਏਜੰਟਾਂ ਦੁਆਰਾ ਕੀਤੀ ਜਾਂਦੀ ਹੈ ਜੀ। ਪਹਿਲਾਂ 1 ਲੱਖ ਰੁਪਇਆ ਲਿੱਤਾ ਜਾਂਦਾ, ਫਿਰ ਜਦੋਂ ਉੱਥੇ ਪਹੁੰਚ ਜਾਂਦੇ ਆ ਅਤੇ ਉੱਥੇ ਉਹਨਾਂ ਨੂੰ ਮਤਲਬ ਕੰਮ ਨਹੀਂ ਦਿੱਤਾ ਜਾਂਦਾ, ਅਤੇ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ ਕੰਮ ਨਹੀਂ ਕਰਦੇ, ਅਤੇ 2-3 ਲੱਖ ਰੁਪਏ ਦੀ ਉੱਥੋਂ ਠੱਗੀ ਵੱਜਦੀ ਹੈ ਜੀ। ਹਾਂਜੀ, ਤੋਂ ਬਾਅਦ ਹੁਣ ਤੀਸਰੀ ਵਾਰ ਗਏ ਸੀਗੇ? ਹਾਂਜੀ, ਤੀਸਰੀ ਵਾਰ ਗਏ ਸੀਗੇ ਜੀ। ਸਾਊਦੀ ਅਰਬ ਜਾਂਦੇ ਆ? ਹਾਂਜੀ। ਮਤਲਬ ਜਿਹੜਾ ਪਹਿਲਾਂ ਕਰਜ਼ਾ ਉਹ ਕਿੱਦਾਂ ਹੋਇਆ ਸਰ? ਪਹਿਲਾਂ ਜੀ ਇਹੀ ਏਜੰਟਾਂ ਦੇ ਥਰੂ ਸਾਤੋਂ ਠੱਗੀ ਵੱਜੀ ਹੈ ਜੀ, ਅਤੇ ਸਾਡੇ ਮਤਲਬ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਸੀ, ਤਾਂ ਕਰਕੇ ਸਾਨੂੰ ਮਤਲਬ ਕਰਜ਼ਾ ਲੈਣਾ ਪਿਆ ਇਸ ਕਰਕੇ। ਉਹਨਾਂ ਦੀ ਉਮਰ ਕਿੰਨੀ ਕੁ ਸੀਗੀ ਜੀ? ਉਮਰ 40-45 ਕੁ ਸਾਲ ਦੀ ਸੀਗੀ। ਮਤਲਬ ਇਸ ਉਮਰ ਦੇ ਵਿੱਚ ਉਹਨਾਂ ਨੂੰ ਬਾਹਰ ਜਾਣਾ ਪਿਆ ਸਾਰਾ ਪਰਿਵਾਰ ਦੇ ਖਾਤਰ? ਹਾਂਜੀ ਹਾਂਜੀ ਹਾਂਜੀ, ਘਰ ਦੇ ਹਾਲਾਤ ਹੀ ਇੱਦਾਂ ਦੇ ਸੀਗੇ ਜੀ ਕਿ ਉਹਨਾਂ ਨੂੰ ਮਜਬੂਰ ਵਿੱਚ ਜਾਣਾ ਪਿਆ ਜੀ। ਹੁਣ ਮਤਲਬ ਤੁਸੀਂ ਉੱਥੋਂ ਦੀ ਕੱਲ੍ਹ ਦੀ ਗੱਲ ਹੈ ਜੀ ਇਹ? ਹਾਂਜੀ, ਕੱਲ੍ਹ ਫੋਨ ਆਇਆ ਸੀ ਸਾਨੂੰ ਕਿ ਮਤਲਬ ਉਹਨਾਂ ਦੀ ਡੈਥ ਹੋ ਗਈ ਆ, ਅਤੇ ਇਦੋਂ ਬਾਅਦ ਸਾਨੂੰ ਘਰ ਦੱਸਿਆ ਗਿਆ ਕਿ ਹਾਂਜੀ। ਅਤੇ ਹੁਣ ਜਿਹੜੀ ਮਤਲਬ ਬੋਡੀ ਮੰਗਵਾਉਣ ਦੇ ਲਈ ਜਿਹੜੀ ਦੇਹ ਆ, ਉਹਦੇ ਲਈ ਅਪਲਾਈ ਕੀਤਾ ਵਗੈਰਾ, ਕੀ ਕਹਿ ਰਹੀ ਹੈ ਸਰਕਾਰ ਉੱਥੋਂ ਦੀ? ਉੱਥੋਂ ਸਰਕਾਰ ਨੂੰ ਅਪੀਲ ਕੀਤੀ ਸੀ, ਪਰ ਉਹ ਸਾਤੋਂ ਪੈਸੇ ਮੰਗ ਰਹੇ ਆ, 4-5 ਲੱਖ ਰੁਪਇਆ ਜੋ ਕਹਿ ਰਿਹਾ ਕਿ ਖਰਚਾ ਆ ਜਾਏਗਾ ਜਾਂ ਮਤਲਬ ਕੀਤਾ ਜਾਵੇਗਾ, ਅਤੇ ਜੋ ਅਸੀਂ ਨਹੀਂ ਕਰ ਸਕਦੇ। ਜਿਵੇਂ ਜ਼ਮੀਨ ਕਿੰਨੀ ਕੁ ਪਰਿਵਾਰ ਦੇ ਕੋਲ ਪਹਿਲਾਂ? 3-4 ਕਨਾਲੀਆਂ ਜੀ। ਮਤਲਬ ਕਾਫੀ ਜ਼ਮੀਨ ਵੀ ਬਹੁਤ ਘੱਟ ਆ। ਹਾਂਜੀ ਹਾਂਜੀ।
ਮਾਤਾ ਜੀ ਮਤਲਬ ਪਹਿਲਾਂ ਕਿਉਂ ਭੇਜਣਾ ਪਿਆ ਬਾਹਰ ਮਤਲਬ ਵਿਦੇਸ਼? ਇਹ ਵੀਰ ਜੀ ਇਹਨਾਂ ਦਾ ਦਾਦਾ ਜੀ ਬਿਮਾਰ ਹੋਏ ਸੀ, ਉਹਦੇ ਸਾਡਾ ਬਹੁਤ ਜ਼ਿਆਦਾ ਖਰਚਾ ਦਿੱਲੀ ਵਾਲੇ ਹੈਲਥ 'ਚ ਲੱਗਿਆ, ਅਸੀਂ ਬਹੁਤ ਕਮਜ਼ੋਰ ਹੋ ਗਏ ਆਪਦੇ ਜਾਣੇ। ਜਿਹੜੀ ਸਾਡੀ ਜ਼ਮੀਨ ਸੀ ਸਾਡੀ ਖਾਂਦੇ ਖਾਤੇ ਸੀ, ਉਹ ਸਾਂਝੇ ਖਾਤੇ ਵਾਲੀ ਜ਼ਮੀਨ ਉਹਨਾਂ ਨੇ ਸਾਡੇ ਦੂਜਿਆਂ ਨੇ ਕਢਾ ਲਈ ਸਾਡੇ ਕੋਲੋਂ, ਅਤੇ ਸਾਡੇ ਕੋਲ ਫਿਰ ਸਾਰੀ ਪੰਜ ਛੇ ਕਨਾਲ ਰਹਿ ਗਈ। ਦੈਨ ਦੋ ਮੇਰੇ ਨਾਲ ਆ ਗਈ, ਦੈਨ ਇਹਨਾਂ ਦੇ ਨਾਲ ਆ ਗਈ। ਵੀ ਮਾਤਾ ਦੇ ਫਿਰ ਲੱਗਣੀ ਸੀ ਨਾ, ਜਦੋਂ ਹੈ ਨਹੀਂ ਸੀ ਇਹਨਾਂ ਦਾਦਾ ਜੀ, ਅਤੇ ਫਿਰ ਜ਼ਿਆਦਾ ਕਰਜ਼ੇ 'ਚ ਆ ਗਿਆ ਅਤੇ ਮੈਂ ਬਾਹਰ ਚਲਿਆ ਜਾਂਦਾ। ਉਦੋਂ ਸਾਊਦੀ ਚਲਿਆ ਗਿਆ, ਸਾਊਦੀ ਤੋਂ ਫਿਰ ਇਹਦਾ ਕੰਮ ਨਹੀਂ ਸੁਤ ਆਇਆ। ਉਦੋਂ ਮੁੜ ਕੇ ਕਤਰ 'ਚ ਚੱਲਿਆ ਗਿਆ, ਕਤਰ 'ਚ ਇਹਦਾ ਕੰਮ ਨਹੀਂ ਚੱਲਿਆ, ਉੱਥੋਂ ਮੁੜਿਆ ਠੱਗੀ ਠੋਰੀ ਖਾ ਕੇ। ਹੁਣ 2 ਸਾਲ ਹੋ ਗਏ ਅਸੀਂ ਘਰੇ ਬੈਠੇ, ਹੁਣ ਦੁਬਾਰਾ 3ਵਾਰ ਫਿਰ ਚੱਲਿਆ। ਹਾਂ 3ਵਾਰ ਭੇਜਿਆ। ਸੀਗਾ ਵੀ ਚਲੋ ਕਰਜ਼ਾ ਲਾ ਲੈਣਗੇ, ਹੈ ਨਾ? ਹਾਂਜੀ ਵੀ ਕਰਜ਼ਾ ਲੈ ਜੂ, ਚੱਲ ਚੰਗਾ ਵਧੀਆ ਕੰਮ ਮਿਲ ਗਿਆ ਸੀ, ਗੱਡੀ ਮਿਲ ਗਈ ਸੀਗੀ ਅਤੇ ਗੱਡੀ 'ਤੇ ਚੱਲਿਆ ਸੀ। ਅੱਜ ਸਾਰਾ ਮਹੀਨਾ ਹੀ ਹੋਇਆ, ਬੁੱਧਵਾਰ ਨੂੰ ਗਿਆ ਸੀ, ਕਣਕ ਤਰੀਕ ਸੀ ਉਸ ਦਿਨ, 4-6 ਤਰੀਕ ਸੀਗੀ। ਹਾਂ ਉਸ ਦਿਨ ਗਿਆ, ਪਿਛਲੀ 6 ਨੂੰ ਗਏ ਸੀਗੇ ਅਤੇ ਕੱਲ੍ਹ 6 ਨੂੰ, ਹਾਂ ਕੱਲ੍ਹ 6 ਨੂੰ ਮੌਤ ਹੋ ਗਈ ਮਹੀਨੇ ਦੇ ਵਿੱਚ ਵਿੱਚ। ਮਾਤਾ ਜੀ ਮਤਲਬ ਜਿਹੜਾ ਹੁਣ ਉੱਥੇ ਕੰਮ ਕੀ ਕਰਦੇ ਸੀਗੇ? ਕੰਮ ਗੱਡੀ 'ਤੇ ਸੀ, ਹਾਂ ਟਰੱਕ ਚਲਾਉਂਦੇ ਸੀ। ਇੱਥੋਂ ਗੱਡੀ ਇਹਨਾਂ ਦੀ ਬਹੁਤ ਦੂਰ ਚੱਲੀ ਸੀ, 4 ਦਿਨ ਹੋ ਗਏ ਸੀ ਗੱਡੀ ਚੱਲੀ ਨੂੰ, ਹਜੇ 4 ਦਿਨ ਹੋਰ ਚੱਲਣੀ ਸੀ, ਉੱਥੇ ਫਿਰ ਅੱਪੜਨਾ ਸੀ ਇਹਨਾਂ ਨੇ। ਹਾਂ ਰਸਤੇ ਵਿੱਚ ਹੀ ਹੋਈ ਆ। ਕੀ ਕਹਿ ਰਹੇ ਉੱਥੋਂ ਦੇ ਮਤਲਬ ਵੀ ਜਿਹੜੀ ਬੋਡੀ ਨੂੰ ਕਿਵੇਂ ਭੇਜਣਗੇ? ਹੁਣ ਵੀਰ ਜੀ ਅਸੀਂ ਤਾਂ ਹੁਣ ਇਹੀ ਹੁਣ ਦੇਣ ਲੈਣ ਜੋਗੇ ਤਾਂ ਸਾਡੇ ਕੋਲ ਕੁਛ ਹੈ ਨਹੀਂ, ਅਸੀਂ ਆਹ ਹੀ ਚਾਹੁੰਦੇ ਵੀ ਸਾਡਾ ਚਲ ਉਹਦਾ ਮੁੱਖ ਹੀ ਵੇਖਿਆ ਜਾਵੇ, ਪਰਿਵਾਰ ਨੂੰ ਪਤਾ ਲੱਗ ਜੇ, ਉਹਦੇ ਹੱਥੀਂ ਸਾਰੀ ਗੱਲਬਾਤ ਕਰ ਲਈਏ। ਅਤੇ ਹੁਣ ਵੀ ਸਾਡੇ ਕੋਲ ਨਾ ਤਾਂ ਆਮਦਨ, ਨਾ ਸਾਡੇ ਕੋਲ ਕੋਈ ਪੈਲੀ ਆ, ਨਾ ਕੋਈ ਹੋਰ ਕੋਈ ਕਮਾਊ ਆ, ਬੱਚਾ ਪੂਰਾ ਜਿੰਨਾ ਵੇਖ ਲਓ ਇਹ ਅਜੇ ਪੜ੍ਹਾਈ ਕਰਦਾ, ਅਤੇ ਮੈਂ ਆ ਬਜ਼ੁਰਗ, ਗੋਡਿਆਂ ਤੋਂ ਮੈਂ ਇੱਥੋਂ ਨਹੀਂ ਤੁਰਿਆ ਜਾਂਦਾ, ਅਤੇ ਮੈਂ ਤਾਂ ਇਹਨਾਂ ਦੀ ਦਿੱਤੀ ਖਾਣ ਵਾਲੀ ਹਾਂ ਜੀ। ਹੋਰ ਸਾਡੇ ਮਾਤਾ ਹਾਲਾਤ ਕਿਵੇਂ ਸੀਗੇ ਵੀ ਜਿਵੇਂ ਐਂ ਗੱਲ ਹੁੰਦੀ ਹੈ ਕੋਈ, ਕੀ ਹਾਲ ਹਾਲਾਤ ਵੀ ਮਾੜੇ ਹੋਣਗੇ ਉੱਥੇ ਤਾਂ? ਜਿਵੇਂ ਹਾਲਾਤ ਬਹੁਤ ਵਧੀਆ ਉੱਥੇ, ਹਾਂ ਹਾਲਾਤ ਬਹੁਤ, ਹਾਂਜੀ ਹਾਂਜੀ। ਪਰ ਕੱਲ੍ਹ 12 ਵਜੇ ਹੀ ਉਹਦੇ ਨਾਲ ਗੱਲ ਹੋਈ ਆ, ਗੱਡੀ 'ਚ ਬੈਠੇ ਰੋਟੀ ਰਾਟੀ ਬਣਾਈ ਉਹਨਾਂ ਨੇ ਖਾਧੀ ਆ, ਗੁੱਡੀ ਆਈ ਸੀ ਵੱਡੀ ਇਹਦੀ ਭੂਆ, ਅਤੇ ਉਹਦੇ ਨਾਲ ਗੱਲਾਂ ਕਰਦਾ ਰਿਹਾ। ਉਦੋਂ ਬਾਅਦ ਫਿਰ ਮੈਂ ਅੱਧ ਗੁਆਂਢੀਆਂ 'ਤੇ ਚਲੀ ਗਈ, ਉਦੋਂ ਬਾਅਦ ਇਹਨਾਂ ਕੋਲ ਆਇਆ ਕਿ ਉਹਨੂੰ ਇਸ ਤਰ੍ਹਾਂ ਕਰਕੇ ਘਬਰਾ ਪੈ ਗਿਆ, ਅਤੇ ਉਹਨੇ ਕਮੀਜ਼ ਲਾਹ ਤਾ, ਅਤੇ ਇਹਨਾਂ ਨੂੰ ਫਿਰ ਘਰ ਉਹਨੇ ਫੋਨ ਕੀਤਾ ਜਿਹੜੇ ਮੁੰਡੇ ਸੀ ਉੱਥੇ, ਅਤੇ ਇਹ ਕਹਿੰਦੇ ਵੀ ਘਬਰਾ ਤਾਂ ਕਦੇ ਇਹਨੂੰ ਪਿਆ ਨਹੀਂ ਸੀ, ਅਤੇ ਇੱਕ ਬਾਂਹ 'ਚ ਦਰਦ ਹੋਇਆ ਸੀ, ਵੀ ਨਾ ਕਦੇ ਬਾਂਹ 'ਚ ਦਰਦ ਹੋਇਆ ਸੀ, ਅਤੇ ਵੀ ਬਲੱਡ ਜ਼ਰੂਰ ਮਾੜਾ ਜਿਹਾ ਹੋ ਜਾਂਦਾ ਸੀ, ਅਤੇ ਉਹਨਾਂ ਨੇ ਗੋਲੀ ਦਿੱਤੀ ਆ। ਉਦੋਂ ਬਾਅਦ ਇਹਨਾਂ ਨੇ ਫੋਨ ਪਾਇਆ, ਇਹਨਾਂ ਨੂੰ ਆਖਿਆ ਵੀ ਆ ਵੀ ਮੇਰੀ ਫਿਕਰ ਵਾਲੀ ਗੱਲ ਨਹੀਂ, ਮੈਂ ਵਧੀਆ ਠੀਕ ਹਾਂ। ਬਾਅਦ 'ਚ ਫਿਰ ਕੋਈ ਬੋਲਿਆ ਨਹੀਂ, ਉਹ ਵੀ ਨਾ ਬਾਅਦ 'ਚ ਕੋਈ ਹੋਰ ਬੋਲਿਆ, ਫੋਨ ਫਾਨ ਕਰਦੇ ਰਹੇ ਇਹ, ਅਤੇ ਹੁਣ ਵੇਖੋ ਕੀ ਬਣਦਾ ਬਣਾਉਂਦਾ ਦੱਸੋ। ਅਤੇ ਹੋਰ ਜੇ ਅਸੀਂ ਆਖੀਏ ਵੀ ਅਸੀਂ ਕੋਈ ਦੇ ਦਿਆਂਗੇ 2-4 ਲੱਖ ਜਾਂ ਕੋਈ ਥੋੜ੍ਹਾ ਘਣਾ, ਪਰ ਸਾਡੇ ਕੋਲ ਬਿਲਕੁਲ ਹੀ ਜੈਸੇ ਨਹੀਂ, ਬਿਲਕੁਲ ਹੀ। ਹਾਂ ਪਹਿਲਾਂ ਵੀ ਕਰਜ਼ਾ ਬਥੇਰਾ, ਤੈਨੂੰ ਦੱਸਿਆ ਤਾਂ ਵੀ ਇਹਦੇ ਪਾਪੇ ਦਾਦੇ ਦੀ ਮੌਤ ਹੋ ਗਈ ਸੀ, ਉਦੋਂ ਸਾਡਾ ਬਹੁਤ ਲੱਗ ਗਿਆ ਸੀ ਪੈਸਾ, ਉਹ ਕਰਜ਼ੇ ਦੇ ਥੱਲੇ ਹੀ ਤੁਰੇ ਆਉਂਦੀਆਂ ਸੀ, ਅਤੇ ਤਾਂ ਹੀ ਬਾਹਰ ਜਾਂਦਾ ਸੀ, ਨਹੀਂ ਬਾਹਰ ਜਾਣ ਦੀ ਕੀ ਲੋੜ ਸੀ। ਮਤਲਬ ਵੀ ਆਪਣੀ ਆਪਣੀ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ ਵੀ ਇਹ ਬਾਹਰੋਂ ਮੰਗਵਾ ਦੇਣ ਬਿਨਾਂ ਪੈਸੇ ਦੇ ਗੱਲਬਾਤ? ਨਹੀਂ ਅਜੇ ਕੋਈ ਬਾਤ ਗੱਲਬਾਤ ਨਹੀਂ, ਸਾਡੇ ਕੋਲ ਤਾਂ ਬੁੜੀਆਂ ਕੋਲ ਆਪਣੀ ਨਹੀਂ ਹੈ, ਮੁੰਡਿਆਂ ਨੂੰ ਪਤਾ ਹੋਊ ਤਾਂ ਪਹਿਲਾਂ ਪਤਾ ਹੋਵੇ। ਅੰਕਲ ਜੀ ਮਤਲਬ ਕਿਉਂ ਜਾਣਾ ਪਿਆ ਜੀ ਉਹਨਾਂ ਨੂੰ ਬਾਹਰ, ਕੀ ਕਾਰਨ ਸੀ? ਇਹ ਆਪਣਾ ਜੀ ਰੁਜ਼ਗਾਰ ਵਾਸਤੇ ਜਾਣਾ ਪਿਆ ਬਾਹਰ, ਵੀ ਪੈਲੀ 4-5 ਕਨਾਲਾਂ ਪੈਲੀ ਸੀਗੀ, ਕੋਈ 5-7 ਲੱਖ ਰੁਪਈਆ ਕਰਜ਼ਾ ਸਿਰ, ਉਸਦਾ ਕਰਕੇ ਰੁਜ਼ਗਾਰ ਵਾਸਤੇ ਬਾਹਰ ਗਿਆ ਸੀ, ਗਰੀਬੀ ਹੈਗੀ ਆ। ਹਾਂਜੀ
ਕਰਜ਼ਾ ਜਿਹੜਾ ਸੀਗਾ, ਚਲੋ ਐਂ ਸੀ ਵੀ ਬਾਹਰ ਜਾਣਗੇ ਕੰਮ ਕਰਕੇ ਲਾ ਦਿਆਂਗੇ, ਹੈ ਨਾ? ਹਾਂਜੀ ਹਾਂਜੀ ਹਾਂਜੀ, ਵੀ ਬਾਹਰ ਕੋਈ 4 ਰੁਪਏ ਲਿਆਵਾਂਗੇ ਤਾਂ ਆਪਾਂ ਕਰਜ਼ਾ ਮੋੜ ਦਿਆਂਗੇ। ਅਤੇ ਪਰ ਹੁਣ ਵੀ ਉਹ ਇਸ ਤਰ੍ਹਾਂ ਉਹਨਾਂ ਦੀ ਮੌਤ ਹੋ ਚੁੱਕੀ ਆ, ਪਰਿਵਾਰ ਨੂੰ ਪਤਾ ਲੱਗਿਆ, ਬਹੁਤ ਹੀ ਸੀਰੀਅਸ ਕੰਮ ਹੈ। ਬੋਡੀ ਆ ਉਹਦੇ ਮੰਗਵਾਉਣ ਦੇ ਲਈ ਗੱਲਬਾਤ ਕੀਤੀ ਹੈ ਕਿ ਉੱਥੋਂ ਦੀ? ਬਾਈ ਜਿਹੜੀ ਹੁਣ ਮਤਲਬ ਬੋਡੀ ਲਿਆਉਣੀ ਹੈ ਇੰਡੀਆ, ਉਹਦੇ ਲਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਨਾਲ ਕਿ ਉੱਥੋਂ ਦੀ ਜਿਹੜੀ ਇਹਨਾਂ ਦੀ ਬੋਡੀ ਆਉਂਦੀ ਹੈ ਜੀ, ਪ੍ਰਸ਼ਾਸਨ ਨਾਲ ਵੀ ਸੰਪਰਕ ਕਰ ਰਹੇ ਹਾਂ ਅਸੀਂ, DC ਸਾਹਿਬ ਨਾਲ ਗੱਲ ਹੋਈ ਸੀ, ਉਹ ਵੀ ਸਾਨੂੰ ਦੱਸ ਰਹੇ ਆ ਵੀ ਇਹਦਾ ਕੀ ਪ੍ਰੋਸੀਜਰ ਹੈ ਜੀ। ਜਿਹੜੇ ਉੱਧਰ ਦੇ ਸਾਊਦੀ ਦੇ ਵਸਨੀਕ ਆ ਪੰਜਾਬੀ, ਸਾਡੇ ਜਿਹੜੇ ਟੱਚ ਸੀਗੇ ਉਹਨਾਂ ਨਾਲ ਗੱਲਬਾਤ ਹੋਈ ਸੀ, ਮਤਲਬ ਬੋਡੀ ਆਉਣ 'ਤੇ ਵੀ ਲਗਭਗ ਉਹਨਾਂ ਦਾ 4-5 ਲੱਖ ਰੁਪਏ ਖਰਚਾ ਹੋਊਗਾ ਜੀ। ਹਾਂਜੀ ਜੀ, ਜੋ ਪਰਿਵਾਰ ਦੇਣ ਦੇ ਯੋਗ ਨਹੀਂ ਹੈਗਾ, ਜੇ ਆਪਾਂ ਕਹੀਏ ਵੀ ਪਰਿਵਾਰ ਦੇ ਲੂਗਾ, ਉਹ ਤਾਂ ਪਹਿਲਾਂ ਹੀ ਦੁਰਲਭ ਦੇ ਵਿੱਚੋਂ ਗਏ ਸੀ, ਗਰੀਬੀ ਦੇ ਵਿੱਚੋਂ ਗਏ ਸੀਗੇ ਜੀ, ਪਹਿਲਾਂ 8-7 ਲੱਖ ਦਾ ਕਰਜ਼ਾ ਪਹਿਲਾਂ ਸਹਿ ਲਿਆ ਜੀ। ਅਤੇ ਜਿਹੜੀ ਆਹ ਮਾਰ ਵੱਜ ਗਈ ਜੀ, ਇੱਕ ਤਾਂ ਘਰੋਂ ਜੀ ਚਲਿਆ ਜਾਣਾ ਕਮਾਉਣ ਵਾਲਾ, ਅਤੇ ਦੂਸਰਾ ਉਹਨੂੰ ਖਰਚਾ ਕਿੱਥੋਂ ਭਰਨਗੇ ਜੀ ਪਰਿਵਾਰ ਵਾਲੇ। ਆਪਣੀ ਪੰਜਾਬ ਸਰਕਾਰ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ? ਪੰਜਾਬ ਸਰਕਾਰ ਨਾਲ ਸੰਪਰਕ ਕਰ ਰਹੇ ਹਾਂ ਜੀ, ਹਜੇ ਕੱਲ੍ਹ ਡੈਥ ਹੋਈ ਹੈ ਅਤੇ ਰਾਤੀਂ ਸਾਨੂੰ ਮੈਸੇਜ ਲੱਗਿਆ ਜੀ, ਹਜੇ ਤੱਕ ਕੋਈ ਸਾਡੇ ਨਾਲ ਹੈਲਪ ਵਾਲੀ ਮਦਦ ਵਾਲੀ ਕੋਈ ਸਾਡੀ ਗੱਲਬਾਤ ਨਹੀਂ ਹੋਈ। ਹਾਂ ਅਸੀਂ ਮੈਸੇਜ ਜ਼ਰੂਰ ਲਾਤਾ, DC ਸਾਹਿਬ ਨਾਲ ਗੱਲ ਹੋ ਗਈ ਸੀਗੀ, ਅਤੇ ਉਹ ਮਦਦ ਉਹ ਵੀ ਕਰ ਰਿਹਾ, ਪਰ ਮਾਲੀ ਮਦਦ ਵਾਲੀ ਜੇ ਆਪਾਂ ਗੱਲ ਕਹੀਏ ਨਹੀਂ, ਇੱਦਾਂ ਦਾ ਕੋਈ ਨਹੀਂ ਗੱਲ ਹੋਈ ਸਾਡੀ। ਪਰਿਵਾਰ ਦੇ ਵਿੱਚ ਕੌਣ ਕੌਣ ਸੀ? ਇਹਨਾਂ ਦੇ ਪਰਿਵਾਰ ਦੇ ਵਿੱਚ ਜਿਨ੍ਹਾਂ ਦੀ ਡੈਥ ਹੋਈ ਇਹ ਸੀਗੇ ਜੀ, 40 ਸਾਲ ਉਮਰ ਸੀਗੀ, 2-3 ਵਾਰੀ ਬਾਹਰ ਜਾ ਆਏ ਆ ਜੀ, ਠੱਗੀ ਖਾਧੀ ਆ, ਪਹਿਲਾਂ ਵੀ ਠੱਗੀ ਵੱਜੀ ਹੈ ਜੀ। ਅਤੇ ਉਦੋਂ ਪਹਿਲਾਂ ਫਾਦਰ ਸਾਹਿਬ ਸੀਗੇ, ਉਹਨਾਂ 'ਤੇ ਵੀ ਇਲਾਜ 30 ਰੁਪਏ ਲੱਗੇ ਇਹਨਾਂ ਦੇ, ਖੇਤੀ ਕਰਦੇ ਸੀਗੇ ਜੀ ਠੇਕੇ ਠੁੱਕੇ 'ਤੇ, ਕਮਾਈ ਹੋਈ ਨਹੀਂ, ਠੇਕਾ ਵੀ ਸਾਰਾ ਜਿਹਦਾ ਵਾਹਨ ਸੀ ਉਹਨਾਂ ਨੂੰ ਪੈਂਦਾ ਰਿਹਾ ਵੀ ਭਰਦੇ ਹੀ ਰਹੇ ਆ। ਅਤੇ ਹੁਣ ਬੇਟਾ ਰਹਿ ਗਿਆ ਜੀ ਉਹਨਾਂ ਦੀ ਮਿਸਿਜ ਹੈ, ਅਤੇ ਮਾਤਾ ਕੋਈ ਹੈ ਨਹੀਂ ਜੀ, ਜੇ ਆਪਾਂ ਕਹੀਏ ਕਮਾਉਣ ਦਾ ਸਾਧਨ ਵੀ ਹੈ ਨਹੀਂ, ਬੱਚਾ ਵੀ ਅਜੇ ਛੋਟਾ ਜੀ, ਪੜ੍ਹਨ ਲਿਖਣ ਵਾਲਾ ਬੱਚਾ 10ਵੀਂ 12ਵੀਂ ਕਲਾਸ ਦੇ ਵਿੱਚ ਹੋਊਗਾ, ਮੈਨੂੰ ਪੱਕਾ ਯਾਦ ਨਹੀਂ ਜੀ। ਤਾਂ ਸਾਡੀ ਵੀ ਲੋਕਾਂ ਨੂੰ ਇਹ ਅਪੀਲ ਆ ਕਿ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਤਾਂ ਜਿਹੜਾ ਬੋਡੀ ਆ ਉਹਨੂੰ ਪੰਜਾਬ ਮੰਗਵਾ ਕੇ ਉਹਨਾਂ ਦਾ ਅੰਤਿਮ ਜਿਹੜੀਆਂ ਰਸਮਾਂ ਕੀਤੀਆਂ ਜਾਣ। ਉਮੀਦ ਕਰਦੇ ਹਾਂ ਲੋਕ ਸਾਥ ਦੇਣਗੇ। ਧੰਨਵਾਦ।